ਪਿੰਡ ਬਾਜੇਵਾਲ ਦੀ ਇੱਕ ਪਹੀ ਪੱਕੀ ਹੋਣ ਮਾਮਲੇ ਨੂੰ ਲੈ ਕੇ ਦੋ ਧਿਰਾਂ ਵਿਚਕਾਰ ਤਕਰਾਰ ਹੋਣ ਤੇ ਮਾਮਲਾ ਡੀਸੀ ਕੋਲ ਪੁੱਜਣ ਤੇ ਵੀ ਸੁਲਝਣ ਦਾ ਨਾਮ ਨਹੀਂ ਲੈ ਰਿਹਾ। ਦੋਨਾਂ ਧਿਰਾਂ ਵੱਲੋਂ ਇੱਕ ਦੂਜੇ ਤੇ ਇਲਜ਼ਾਮ ਲਾਉਣ ਤੋਂ ਹੋ ਰਹੀ ਤਕਰਾਰਬਾਜ਼ੀ ਨਾਲ ਕਿਸੇ ਵੀ ਸਮੇਂ ਇਹ ਮਾਮਲਾ ਲੜਾਈ ਦਾ ਰੂਪ ਧਾਰਨ ਕਰ ਸਕਦਾ ਹੈ। ਅਦਾਲਤ ਵੱਲੋਂ ਸਟੇਅ ਨਾ ਮਿਲਣ ਤੇ ਅਗਲੀ ਸੁਣਵਾਈ 7 ਫਰਵਰੀ ਨੂੰ ਹੋਵੇਗੀ। ਪਿੰਡ ਬਾਜੇਵਾਲ ਦੇ ਸਰਪੰਚ ਪੋਲੋਜੀਤ ਨੇ ਦੱਸਿਆ ਕਿ ਉਹਨਾਂ ਵੱਲੋਂ ਪਿੰਡ ਦੇ ਵਿਕਾਸ ਕਾਰਜਾਂ ਨੂੰ ਲੈ ਕੇ ਸਰਕਾਰੀ ਸਿਵਲ ਡਿਸਪੈਂਸਰੀ ਤੋਂ ਬੀਰੇਵਾਲਾ ਜੱਟਾਂ ਦੀ ਪਹੀ ਤੇ ਵਸਦੇ ਘਰਾਂ ਵਿੱਚ ਮਲਕੀਤ ਸਿੰਘ, ਰਾਜਾ ਸਿੰਘ, ਨਿਰਮਲ ਸਿੰਘ, ਗੁਰਦੇਵ ਸਿੰਘ, ਬਾਬੂ ਸਿੰਘ ਵਾਲੇ ਕੱਚੇ ਰਸਤੇ ਨੂੰ 400 ਫੁੱਟ ਤੱਕ ਪੱਕਾ ਕੀਤਾ ਜਾ ਰਿਹਾ ਹੈ। ਪੰਚਾਇਤ ਵੱਲੋਂ ਸਰਕਾਰੀ ਹਸਪਤਾਲ ਅਤੇ ਨੇੜੇ ਦੇ EGS ਸਰਕਾਰੀ ਸਕੂਲ ਦੇ ਲੈਵਲ ਨਾਲ ਪੰਜਾਬ ਸਰਕਾਰ ਅਤੇ BDPO ਚਨੀਰ ਦੇ ਹੁਕਮ ਸਦਕਾ ਹੀ ਬਣਾਇਆ ਜਾਣਾ ਹੈ। ਇਸ ਨੂੰ ਮਨੋਹਰ ਲਾਲ ਸ਼ਰਮਾ ਅਤੇ ਉਸਦੇ ਭਰਾ ਨਰਾਇਣ ਦੱਤ, ਕੁਲਜੀਤ ਕੁਮਾਰ, ਪੁੱਤਰਾਂ ਮੋਹਰਚੰਦ, ਬਾਜੇਵਾਲ ਦੀ ਸਿਪਾਹੀ ਤੇ ਲੱਗਦੀ ਜ਼ਮੀਨ ਵਾਲੀ ਜਗ੍ਹਾ ਨੀਵੀਂ ਹੋਣ ਨੂੰ ਲੈ ਕੇ ਪੰਚਾਇਤੀ ਕੰਮ ਵਿੱਚ ਬਿਨਾਂ ਵਜ੍ਹਾ ਵਿਘਨ ਪਾ ਰਹੇ ਨੇ, ਜਿਨ੍ਹਾਂ ਵਿੱਚੋਂ ਇਹਨਾਂ ਦੇ ਹੀ ਛੋਟੇ ਭਰਾ ਸੁਰਜੀਤ ਕੁਮਾਰ ਸ਼ਰਮਾ ਪੰਚਾਇਤ ਦੇ ਹੋ ਰਹੇ ਵਿਕਾਸ ਕਾਰਜ ਨਾਲ ਸਹਿਮਤ ਨੇ। ਸਰਪੰਚ ਨੇ ਦੱਸਿਆ ਕਿ 17 ਜੂਨ 2019 ਨੂੰ ਇਸ ਜਗ੍ਹਾ ਤੇ ਪੰਚਾਇਤ ਵੱਲੋਂ ਨਾਲੀਆਂ ਬਣਾਈਆਂ ਗਈਆਂ ਸਨ। ਉਸ ਸਮੇਂ ਇਹਨਾਂ ਜਾਂ ਕਿਸੇ ਹੋਰ ਵਿਅਕਤੀਆਂ ਨੇ ਇਤਰਾਜ਼ ਨਹੀਂ ਕੀਤਾ। ਉਹਨਾਂ ਇਹ ਵੀ ਦੱਸਿਆ ਕਿ ਇੱਥੇ 1997 ਤੋਂ ਇਹ ਮਕਾਨ ਬਣੇ ਹੋਏ ਨੇ। ਹੁਣ ਉਕਤ ਵਿਅਕਤੀ ਪਿੰਡ ਦੇ 2-4 ਬੰਦਿਆਂ ਮਗਰ ਲੱਗ ਕੇ ਜਿੱਥੇ ਵਿਕਾਸ ਕਾਰਜਾਂ ਵਿੱਚ ਰੋੜਾ ਬਣ ਰਹੇ ਨੇ, ਉੱਥੇ ਮੌਜੂਦ ਪੰਚਾਇਤ ਨੂੰ ਅਪਸ਼ਬਦ ਬੋਲ ਕੇ ਇਸ ਤਰ੍ਹਾਂ ਦੇ ਇਲਜ਼ਾਮ ਲਗਾਉਂਦੇ ਨੇ। ਸਰਪੰਚ ਪੋਲੋਜੀਤ ਸਿੰਘ, ਪੰਚ ਰਾਵਲ ਸਿੰਘ, ਪੰਚ ਜਗਪਾਲ ਸਿੰਘ, ਬਿਕਰ ਸਿੰਘ ਲਾਲਾ ਨੇ ਦੱਸਿਆ ਕਿ ਇਹ ਆਦਮੀ ਨਾ ਤਾਂ ਕਿਸੇ ਅਧਿਕਾਰੀ ਦੀ ਗੱਲ ਸੁਣਦੇ ਨੇ ਅਤੇ ਨਾ ਹੀ ਕਿਸੇ ਮੋਹਤਵਾਰ ਵਿਅਕਤੀ ਦੀ ਗੱਲ ਸੁਣਨਾ ਚਾਹੁੰਦੇ ਨੇ। ਦੋਵਾਂ ਧਿਰਾਂ ਵਿੱਚ ਤਕਰਾਰ ਨੂੰ ਦੇਖਦੇ ਥਾਣਾ ਮੁਖੀ ਜੌੜਕੀਆਂ ਅਜੇ ਪਰੋਚਾ ਅਤੇ ਸਹਾਇਕ ਥਾਣੇਦਾਰ ਰਾਜ ਸਿੰਘ ਵੀ ਮੌਕੇ 'ਤੇ ਪੁੱਜੇ ਹੋਏ ਸਨ। ਇਹ ਮਕਾਨ ਕਿੰਨੇ ਚਿਰ ਦੇ ਬਣੇ ਆ, ਇਹਦੇ ਬਾਰੇ ਦੱਸੋ ਜੀ। ਇਹ ਮਕਾਨ ਜੀ 1997 ਤੋਂ ਲੈ ਕੇ ਬਣੇ ਹੋਏ ਨੇ, ਤਕਰੀਬਨ ਅੱਜ 20-22 ਸਾਲ ਪਹਿਲਾਂ ਇਹ ਮਕਾਨ ਬਣੇ ਹੋਏ ਨੇ 4-5 ਭਾਈਆਂ ਦੇ। ਅਤੇ ਜਿਹੜਾ ਗਲੀ ਹੈ, ਗਲੀ ਵੀ ਉਦੋਂ ਤੋਂ ਆਲਰੇਡੀ ਇਸ ਲੇਵਲ 'ਤੇ ਚੱਲ ਰਹੀ ਹੈ, ਪਰ ਕੁਛ ਬੰਦੇ ਜ਼ਮੀਨ ਵਾਲੇ ਇਹਨੂੰ ਹੋਰ ਰੰਗਤ ਦੇ ਰਹੇ ਨੇ ਵਿਕਾਸ ਦੇ ਵਿੱਚ ਅੜਿੱਕਾ ਬਣਨ ਲਈ। ਮੈਂ ਸਰਪੰਚ ਹੋਣ ਦੇ ਨਾਤੇ ਮੈਂ ਲੀਗਲ ਪ੍ਰੋਸੈਸ ਨਾਲ ਜੋ ਹਦਾਇਤਾਂ BDPO ਦਫ਼ਤਰ ਵੱਲੋਂ ਹੈ ਉਸ ਢੰਗ ਨਾਲ ਹੀ ਬਣਾ ਰਿਹਾ ਇਹਨੂੰ, ਇਹਨੂੰ ਕੋਈ ਗਲਤ ਨਹੀਂ ਕਰ ਰਿਹਾ। ਪਰ ਕੁਛ ਬੰਦੇ ਇਹਨੂੰ ਗਲਤ ਰੰਗਤ ਦੇ ਰਹੇ ਨੇ, ਉਹਨਾਂ ਵਿੱਚੋਂ 2-3 ਬੰਦੇ ਨੇ ਕੋਈ ਬਾਹਲਾ ਪਿੰਡ 'ਚੋਂ ਬੰਦੇ ਨਹੀਂ ਹੈਗੇ, ਅਤੇ ਉਹਨਾਂ ਨੇ ਇੱਕ ਹੂਗਾ ਬਣਾਇਆ ਹੋਇਆ ਇਹ ਲੜਾਈ ਦਾ ਕੇਂਦਰ ਬਣਾਉਣ ਦੇ ਕਰਕੇ। ਅਤੇ ਉਹਨਾਂ 'ਚੋਂ ਇੱਕ ਸੁਰਜੀਤ ਕੁਮਾਰ ਹੈ, ਉਹ ਨਹੀਂ ਵਿੱਚ ਇਹਦੇ ਵਿੱਚ ਆ ਰਿਹਾ, ਬਾਕੀ 2-3 ਭਾਈ ਇਹ ਖਰਾਬ ਕਰ ਰਹੇ। ਇਹ ਜਿਹੜਾ ਕਿੰਨੀ ਲੈਂਥ ਬਣਾ ਰਹੇ ਹਾਂ ਆਪਾਂ, ਜਿਹੜੀ ਗਲੀ ਪੱਕੀ ਕਰ ਰਹੇ ਹਾਂ, ਇਹ ਲਗਭਗ 400 ਫੁੱਟ ਹੈ। ਪਹਿਲਾਂ ਇਹਦੀਆਂ ਨਾਲੀਆਂ ਬਣੀਆਂ ਹੋਈਆਂ, ਅੱਜ ਤੋਂ ਤਕਰੀਬਨ 8-10 ਮਹੀਨੇ ਪਹਿਲਾਂ ਮੈਂ ਨਾਲੀਆਂ ਬਣਾਈਆਂ ਸੀਗੀਆਂ। ਅਤੇ ਹੁਣ ਇਹ ਵੈਸੇ ਗਲਤ ਇਲਜ਼ਾਮ ਲਾ ਰਹੇ ਨੇ ਕਿ ਮਿੱਟੀ ਪਾਤੀ, ਵਾਹਨ ਨੀਵਾਂ ਹੋ ਗਿਆ, ਪਰ ਕੋਈ ਨਹੀਂ, ਇਹ ਆਲਰੇਡੀ ਇੰਨਾ ਹੀ ਰਸਤਾ ਉੱਚਾ ਹੈ, 20 ਸਾਲ ਤੋਂ ਲੋਕ ਇੱਥੋਂ ਲੰਘ ਰਹੇ ਨੇ, ਇਹ ਰਸਤਾ ਇੰਨਾ ਹੀ ਉੱਚਾ ਹੈ। ਪ੍ਰਸ਼ਾਸਨ ਦੇ ਅਧਿਕਾਰੀ ਵੀ ਕੋਈ ਮੌਕਾ ਦੇ ਗਏ ਨੇ, ਕੀ ਡਿਸੀਜਨ ਦੇ ਗਏ ਨੇ ਉਹ? BDPO ਸਾਹਿਬ ਆਏ ਸੀਗੇ, ਉਹ ਕਹਿੰਦੇ ਵੀ ਸਹੀ ਪਾ ਕੇ ਗਏ ਨੇ, ਵੀ ਇਹਦੇ ਵਿੱਚ ਕੋਈ ਉਹ ਨਹੀਂ ਹੈਗਾ, ਜੇ ਇੱਧਰੋਂ ਅਸੀਂ ਕੋਈ ਨੀਵਾਂ ਕਰਦੇ ਹਾਂ ਤਾਂ ਘਰਾਂ ਦਾ ਨੁਕਸਾਨ ਪੱਕਾ ਹੀ ਹੋਊਗਾ ਜੀ, ਕਿਉਂਕਿ ਜਿਹੜਾ ਗੰਦਾ ਪਾਣੀ ਹੈ ਉਹ ਘਰਾਂ ਦੇ ਵਿੱਚ ਵੜੂਗਾ। ਇਹ ਕਿੰਨੇ ਘਰਾਂ ਦਾ ਜਿਹੜਾ ਮਕਾਨ ਬਣਿਆ ਹੋਇਆ, ਕਿੰਨੇ ਘਰ ਨੇ ਇਹ? 5 ਘਰ ਨੇ ਜੀ, 5 ਘਰਾਂ ਦੇ ਮਕਾਨ ਬਣੇ ਹੋਏ ਨੇ, 2-2 ਕੋਠੀਆਂ, ਮਲਕੀਤ ਸਿੰਘ, ਭਗਵਾਨ ਸਿੰਘ ਅਤੇ ਗਲੀ ਨਾਲ। ਇੱਕ ਹੋਰ ਵੀ ਮੁੱਦਾ ਜੁੜਿਆ ਹੋਇਆ, ਕਿਉਂਕਿ ਇੱਥੇ ਇੱਕ EGS ਅਪਗ੍ਰੇਡ ਸਕੂਲ ਸੈਂਟਰ ਵੱਲੋਂ ਬਣਿਆ ਹੋਇਆ, ਨਾਲ ਅੱਗੇ ਡਿਸਪੈਂਸਰੀ ਅਤੇ ਪਸ਼ੂ ਹਸਪਤਾਲ ਵੀ ਹੈ। ਅਸੀਂ ਉਹਦੇ ਲੇਵਲ 'ਤੇ ਇਹ ਪੱਕਾ ਕਰ ਰਹੇ ਹਾਂ, ਇਹ ਨਹੀਂ ਹੈ ਕੋਈ ਉਹਦੇ ਵਿੱਚ ਵੀ ਨੀਵਾਂ ਕਰਕੇ ਜਾਂ ਉੱਚਾ ਕਰਕੇ, ਜੋ ਲੇਵਲ ਹੈ ਉਹਨਾਂ ਦਾ ਸਕੂਲ ਦਾ ਅਤੇ ਹਸਪਤਾਲ ਦਾ, ਉਹਦੇ ਲੇਵਲ ਮੁਤਾਬਕ ਹੀ ਬਣਾ ਰਹੇ। ਉੱਧਰ ਦੂਜੇ ਪਾਸੇ ਮਨੋਹਰ ਲਾਲ ਅਤੇ ਉਸਦੇ ਸਮਰਥਕਾਂ ਨੇ ਦੱਸਿਆ ਕਿ ਉਹਨਾਂ ਦੇ 1.5 ਕਿੱਲੇ ਜ਼ਮੀਨ ਹੈ, ਇਸ ਵਿੱਚ ਕਣਕ ਬੀਜੀ ਹੋਈ ਹੈ।
ਬਣ ਰਹੇ ਪੱਕੇ ਰਸਤੇ ਤੋਂ ਉਹਨਾਂ ਦੀ ਜ਼ਮੀਨ 5 ਫੁੱਟ ਨੀਵੀਂ ਹੋਣ ਕਾਰਨ ਜਿੱਥੇ ਕਣਕ ਵੱਢਣ ਲਈ ਕੰਬਾਈਨ ਆਦਿ ਫਸਲ ਨੂੰ ਵਾਹੁਣ ਅਤੇ ਬੀਜਣ ਲਈ ਟਰੈਕਟਰ ਆਦਿ ਸੰਦਾਂ ਨਾਲ ਜਾਣਾ ਬਹੁਤ ਮੁਸ਼ਕਿਲ ਹੈ, ਉੱਥੇ ਮੀਂਹ ਆਦਾ ਪਾਣੀ ਵੀ ਉਹਨਾਂ ਦੇ ਨੀਵੇਂ ਵਾਹਨ ਵਿੱਚ ਜਾਵੇਗਾ। ਇਸ ਮਾਮਲੇ ਸੰਬੰਧੀ ਉਹਨਾਂ ਸਰਦੂਲਗੜ੍ਹ ਦੀ ਅਦਾਲਤ ਵਿੱਚ ਆਪਣੀ ਗੁਹਾਰ ਲਗਾਈ ਹੈ। ਇਸ ਦੀ ਤਰੀਕ 7 ਫਰਵਰੀ ਨੂੰ ਪਵੇਗੀ। ਪੁੱਤਰ ਮੇਹਰ ਚੰਦ, ਅਸੀਂ 4 ਭਾਈ ਹਾਂ, ਇਹ ਸਾਡਾ ਥੋੜ੍ਹਾ ਜਿਹਾ ਖੇਤ ਆ। ਇਹ ਭਾਗਮਾਨ ਘਰਾਂ ਨੇ ਸਾਡੀ ਪਹੀ 6 ਫੁੱਟ ਉੱਚੀ ਚੱਕਤੀ। ਹੁਣ ਮੇਰੇ ਖੇਤ ਦੇ ਵਿੱਚ ਕੋਈ ਟਰੈਕਟਰ ਨਹੀਂ ਵੜ ਰਿਹਾ। ਕਣਕ ਹੈ, ਕੱਲ੍ਹ ਨੂੰ ਮੈਂ ਕਣਕ ਕੱਟਣੀ ਵੀ ਆ, ਕੰਪੈਨ ਵੀ ਵਾੜਨੀ ਆ। 6 ਫੁੱਟ ਭਰਤ ਪਾਈ ਪਈ ਹੈ ਇਸ ਪਹੀ ਦੇ ਉੱਪਰ। ਇਹ ਸਰਕਾਰੀ ਪਹੀ ਆ, ਇਹ ਜ਼ਬਰਦਸਤੀ ਇਹਨਾਂ ਨੇ ਰਾਤਾਂ ਨੂੰ ਭਰਤ ਪਾ ਕੇ ਇਹਨਾਂ ਨੂੰ ਪੱਕੀ ਕਰਾਈ ਆ, ਅਤੇ ਇਹ ਸਾਡੀ ਪੈਲੀ ਖੋਹਣਾ ਚਾਹੁੰਦੇ ਨੇ। ਅਸੀਂ ਸਸਤੇ ਰੇਟ 'ਚ ਇਹਨਾਂ ਨੂੰ ਪੈਲੀ ਵੇਚ ਦਈਏ, ਇਹਨਾਂ ਦਾ ਮੇਨ ਮਕਸਦ ਇਹੀ ਆ। ਇਹ ਸਾਨੂੰ ਕਦੋਂ ਵੀ ਖਤਮ ਕਰ ਸਕਦੇ ਨੇ, ਸਾਡੇ ਪਰਿਵਾਰ ਨੂੰ ਖਤਮ ਕਰ ਸਕਦੇ ਨੇ। ਅਸੀਂ 4 ਭਾਈ ਹਾਂ, ਸਾਡੇ 22 ਪਰਿਵਾਰ ਦੇ ਮੈਂਬਰ ਨੇ। ਸਾਡੀ ਥੋੜ੍ਹੀ ਜਿਹੀ ਪੈਲੀ ਆ, ਇੱਥੋਂ ਸਾਡਾ ਗੁਜ਼ਾਰਾ ਚੱਲਦਾ ਗਾ, ਪਰ ਇੱਥੋਂ ਦਾ ਸਰਪੰਚ ਪੋਲੋਜੀਤ, ਇੱਥੋਂ ਦੇ ਕੁਛ ਕਾਂਗਰਸੀ ਧਨਾਟ ਪਰਿਵਾਰ ਆਪਸ ਵਿੱਚ ਮਿਲੇ ਹੋਏ ਨੇ, ਜੋ ਕਿ ਇੱਕ ਲੈਂਡ ਮਾਫੀਆ ਦਾ ਕੰਮ ਕਰ ਰਹੇ ਨੇ। ਇਹ ਬੰਦਿਆਂ ਨੂੰ ਇਹ ਆ, ਗਰੀਬ ਕਿਸਾਨਾਂ ਦੀ ਅਸੀਂ ਥੋੜ੍ਹੀ ਥੋੜ੍ਹੀ ਪੈਲੀ ਇਕੱਠੀ ਕਰ ਲਈਏ। ਇਹਨਾਂ ਲੋਕਾਂ ਨੇ, ਸਾਡੇ ਬਜ਼ੁਰਗਾਂ ਨੇ 40 ਸਾਲ ਪਹਿਲਾਂ ਪੰਚਾਇਤ ਦੀ ਜ਼ਮੀਨ ਸਰਦਾਰ ਸਰਜੀਤ ਸਿੰਘ ਸਰਪੰਚ ਸੀਗੇ ਉਦੋਂ ਲਈ ਸੀਗੀ ਜੀ, ਅਤੇ ਉਹ 6-7 ਘਰਾਂ ਨੇ ਹੋਰ ਵੀ ਲਈ ਆ। ਇਹਨਾਂ ਨੇ ਸਾਡੇ 'ਤੇ ਉਸ ਦਾ ਝੂਠਾ ਪਰਚਾ ਬਣਵਾਇਆ, ਕਹਿ ਰਹੇ ਨੇ ਪੰਚਾਇਤੀ ਜ਼ਮੀਨ 'ਤੇ ਇਹਨਾਂ ਨੇ ਕਬਜ਼ਾ ਕੀਤਾ। ਉਸ ਤੋਂ ਇਲਾਵਾ ਇਹਨਾਂ ਨੇ ਵੀਡੀਓ ਤੋਂ ਗਲੀਆਂ ਨਾਲੀਆਂ ਢਾਉਣ ਦਾ ਵੀ ਸਾਡੇ 'ਤੇ ਕੇਸ ਬਣਾਇਆ। ਗਲੀਆਂ ਨਾਲੀਆਂ ਇਹਨਾਂ ਦੇ ਘਰ ਦੇ ਮੂਹਰੇ ਨੇ, ਅਤੇ ਮੇਰਾ ਸੱਥ ਦੇ ਵਿੱਚ ਘਰ ਹੈ, 1 ਕਿਲੋਮੀਟਰ ਦੂਰ ਆ। ਇਹ ਲੋਕ ਜ਼ਬਰਦਸਤੀ ਸਾਨੂੰ ਪੁਲਿਸ ਕੇਸ ਬਣਵਾ ਕੇ, ਪ੍ਰਸ਼ਾਸਨ 'ਚੋਂ ਤੰਗ ਕਰਾ ਕੇ ਸਾਨੂੰ ਇਹ ਮਜਬੂਰ ਕਰ ਰਹੇ ਨੇ ਅਸੀਂ ਇਹਨਾਂ ਨੂੰ ਪੈਲੀ ਦਈਏ। ਸਾਨੂੰ ਜੇ ਪ੍ਰਸ਼ਾਸਨ ਨੇ ਨਾ ਸੁਣੀ, ਸਾਨੂੰ ਹੋ ਸਕਦਾ ਇੱਥੇ ਮਰਨਾ ਵੀ ਪਵੇ, ਅਸੀਂ ਮਰਾਂਗੇ। ਸਾਡੇ ਨਾਲ ਕਿਸਾਨ ਜਥੇਬੰਦੀਆਂ ਸਾਡਾ ਸਾਥ ਦੇ ਰਹੀਆਂ ਨੇ, ਹੋਰ ਵੀ ਭਰਾਤਰੀ ਜਥੇਬੰਦੀਆਂ ਅਤੇ ਇਨਸਾਫ ਪਸੰਦ ਲੋਕਾਂ ਨੂੰ ਅਤੇ ਜਥੇਬੰਦੀਆਂ ਨੂੰ ਮੈਂ ਅਪੀਲ ਕਰਦਾ, ਪੀਰ ਜੀ ਅਸੀਂ ਗਰੀਬ ਬ੍ਰਾਹਮਣ ਹਾਂ, ਸਾਡਾ ਸਾਥ ਦਿਓ। ਆਓ ਲੋਕੋ, ਸਾਡਾ ਸਾਥ ਦਿਓ, ਸੱਚ ਦਾ ਸਾਥ ਦਿਓ। ਸੱਚ ਪਿੱਛੇ ਦੁਨੀਆ ਮਰਦੀ ਆਈ ਆ। ਜੋ ਧਨਾੜ ਬੰਦੇ ਨੇ, ਜੋ ਲੈਂਡ ਮਾਫੀਆ ਬੰਦੇ ਨੇ, ਇਹ ਤੁਹਾਡੀਆਂ ਜ਼ਮੀਨਾਂ ਖੋਹ ਲੈਣਗੇ, ਤੁਹਾਨੂੰ ਇਹ ਮਾਰ ਦੇਣਗੇ। ਇਹ ਵੱਡੇ ਵੱਡੇ ਫਾਰਮ ਬਣਾਉਣਾ ਚਾਹੁੰਦੇ ਨੇ। ਗਰੀਬ ਬੰਦੇ ਕੀ ਕਰਨ, ਤੁਸੀਂ ਦੱਸੋ, ਅਸੀਂ ਕਿੱਥੇ ਜਾਈਏ, ਸਾਨੂੰ ਕਦੋਂ ਇਨਸਾਫ ਮਿਲੂਗਾ? ਮੇਰੀ ਪੁਰਜ਼ੋਰ ਅਪੀਲ ਆ ਭਰਾਤਰੀ ਜਥੇਬੰਦੀਆਂ ਨੂੰ, ਇਨਸਾਫ ਪਸੰਦ ਲੋਕਾਂ ਨੂੰ, ਤੁਸੀਂ ਆਓ, ਅਸੀਂ ਇੱਥੇ ਧਰਨਾ ਦੇ ਰਹੇ ਹਾਂ, ਤੁਸੀਂ ਸਾਡੇ ਇਸ ਧਰਨੇ 'ਚ ਬਾਈ ਸਾਥ ਦਿਓ। ਕਦੋਂ ਦੀ ਗੱਲ ਹੈ ਇਹ ਜਿਹੜਾ ਪਾਇਆ ਇਹ ਪੱਥਰ? ਇਹ ਪੱਥਰ ਇਹਨਾਂ ਨੇ ਜੀ, ਅਸੀਂ ਖੜੇ ਰਹੋ, ਹਾਂਜੀ, ਅਸੀਂ ਸ਼ੁੱਕਰਵਾਰ ਨੂੰ 9:30 ਡੀ ਸੀ ਸਾਹਮਣੇ ਪੇਸ਼ ਹੋਏ। ਉਹਨਾਂ ਨੂੰ ਕਿਹਾ ਵੀ ਇਹ ਪੱਥਰ ਪਾਉਣਗੇ ਰਾਤੇ ਰਾਤ, ਉਹ ਕਹਿੰਦੇ ਨਹੀਂ ਪਾਉਂਦੇ। ਮੈਂ ਕਿਹਾ ਜੀ ਇਹ ਪਾਉਣਗੇ। ਇਹਨਾਂ ਨੇ ਸ਼ਨੀਵਾਰ ਨੂੰ ਇਹ ਸਾਰਾ ਪੱਥਰ ਪਾਇਆ ਜੀ, ਸ਼ਨੀਵਾਰ ਨੂੰ ਪਾਇਆ ਗਾ। ਕਾਫੀ ਗੁੰਡੇ ਬੰਦੇ ਲਿਆਂਦੇ, ਦਾਰੂ ਦੂਰੂ ਪਈ, ਸਾਡੇ ਬੰਦੇ ਵੀ ਇੱਥੇ ਦੇਖਣ ਆਏ ਸੀ, ਇਹ ਬੰਦੇ ਉਹਨਾਂ ਦੇ ਮਗਰ ਪੈ ਗਏ। ਇਹਨਾਂ ਦੀ ਗਵਾਹੀ ਬਿੱਕਰ ਸਿੰਘ ਲਾਲਾ ਪੰਚਾਇਤ ਮੈਂਬਰ ਉਹ ਕਰ ਰਿਹਾ ਸੀਗਾ, ਉਹ ਇਹਨਾਂ ਦੇ ਮਗਰ ਗੜਾਸੇ ਸੋਟੀਆਂ ਲੈ ਕੇ ਪੈ ਗਿਆ। ਸਾਡੇ ਕਿਸਾਨ ਯੂਨੀਅਨ ਦੇ ਬੰਦਿਆਂ ਨੂੰ ਵੀ ਉਹਨਾਂ ਨੇ ਗਾਲਾਂ ਦਿੱਤੀਆਂ, ਸਾਡੇ ਬੱਚਿਆਂ ਨੂੰ ਵੀ ਦਿੱਤੀਆਂ ਜੀ। ਹੁਣ ਤੁਸੀਂ ਕੀ ਚਾਹੁੰਦੇ ਹੋ? ਅਸੀਂ ਚਾਹੁੰਦੇ ਹਾਂ ਵੀ ਜਿਹੜਾ ਇਹ ਨਜਾਇਜ਼ ਭਰਤ ਪਾਈ ਆ, ਇਹਨੂੰ ਨੀਵੀਂ ਕਰਕੇ ਮੇਰੇ ਖੇਤ 'ਚ ਟਰੈਕਟਰ ਵੜਦਾ ਕਰਿਆ ਜਾਵੇ। ਕਾਨੂੰਨੀ ਤੌਰ 'ਤੇ ਇਹ ਪਹੀ ਦੇ ਵਿੱਚ ਤੁਸੀਂ 1 ਫੁੱਟ ਭਰਤ ਪਾ ਸਕਦੇ ਹੋ, 1 ਫੁੱਟ ਜੋ ਕਾਨੂੰਨ ਹੈ ਗਰਾਊਂਡ ਲੈਵਲ 'ਤੇ 1 ਫੁੱਟ ਭਰਤ ਪਾ ਸਕਦੇ ਹੋ। 6 ਫੁੱਟ ਭਰਤ ਪਈ ਆ, ਸਾਡੇ ਖੇਤ 'ਚ ਟਰੈਕਟਰ ਨਹੀਂ ਵੜਦਾ, ਮੇਰੇ ਬੱਚੇ ਕਿਵੇਂ ਟਰੈਕਟਰ ਵਾੜਨਗੇ?
ਅਸੀਂ ਕਿਵੇਂ ਖੇਤੀ ਕਰਾਂਗੇ। ਸਾਨੂੰ ਅਸੀਂ ਉੱਚ ਅਧਿਕਾਰੀਆਂ ਤੋਂ ਮੰਗ ਕਰਦੇ ਹਾਂ ਵੀ ਸਾਨੂੰ ਇਨਸਾਫ ਦਿੱਤਾ ਜਾਵੇ ਅਤੇ ਸਾਡੀਆਂ ਜੋ ਵੀ ਭਰਾਤਰੀ ਜਥੇਬੰਦੀਆਂ ਨੇ, ਜੋ ਵੀ ਸਾਡੇ ਕਿਸਾਨ ਹਿਤੈਸ਼ੀ ਜਥੇਬੰਦੀਆਂ ਨੇ, ਉਹ ਸਾਡੇ ਨਾਲ ਆਉਣ। ਇਹਨਾਂ ਦੇ ਵਿੱਚ ਮਲਕੀਤ ਸਿੰਘ, ਭਗਵਾਨ ਸਿੰਘ, ਬਾਬੂ ਸਿੰਘ, ਕਰਤਾਰ ਸਿੰਘ, ਮੇਜਰ ਸਿੰਘ, ਗੁਰਦੇਵ ਸਿੰਘ ਜੀ, ਰਾਜਾ ਸਿੰਘ, ਇਹ ਮਤਲਬ ਵੀ ਸਾਰੇ ਇਹ ਇੱਕ ਪਰਿਵਾਰ ਦੇ ਚਾਰ, ਇੱਕ ਦੇ ਤਿੰਨ, ਇੱਕ ਦੇ ਸੱਤ ਭਾਈ ਨੇ, ਇਹਨਾਂ ਦੇ ਬੱਚੇ ਨੇ, ਸੀਰੀ ਵਾਲੀ ਨੇ। ਅੱਛਾ, ਉਹ ਕਹਿ ਰਹੇ ਨੇ ਵੀ ਜਿਹੜਾ ਇਹ ਪੰਚਾਇਤੀ ਤੌਰ 'ਤੇ ਕਰ ਰਹੇ ਨੇ, ਪੰਚਾਇਤੀ ਤੌਰ 'ਤੇ ਕਹਿ ਰਹੇ ਨੇ ਵੀ ਇਹ ਜਿਹੜੇ ਹੈਗੇ ਨੇ ਇੜਕਾ ਲਾ ਰਹੇ ਨੇ ਸਾਡੇ ਵਿਕਾਸ ਕਾਰਜਾਂ ਨੂੰ। ਦੇਖੋ ਜੀ, ਕੋਈ ਵਿਕਾਸ ਕਾਰਜ ਨਹੀਂ, ਸਾਰਾ ਪਿੰਡ ਕੱਚਾ ਪਿਆ, ਗੁਰੂ ਘਰ ਵਾਲੀਆਂ ਦੋ ਤਿੰਨ ਗਲੀਆਂ ਬਿਲਕੁਲ ਕੱਚੀਆਂ ਪਈਆਂ ਨੇ। ਰੋਜ਼ ਸੰਗਤ ਗੁਰਦੁਆਰੇ ਮੱਥਾ ਟੇਕਣ ਆਉਂਦੀ ਆ। ਇਹ ਬੰਦਾ ਗੁਰਦੁਆਰੇ ਦਾ ਪ੍ਰਧਾਨ ਆ, ਬਾਬੂ ਸਿੰਘ, ਇਹ ਇੱਟਾਂ ਉੱਥੇ ਲਵਾ ਦੇ, ਲੋਕਾਂ ਨੂੰ ਸਹੂਲਤ ਹੋਵੇ। ਗੁਰੂ ਘਰ ਲੋਕ ਆਉਂਦੇ ਨੇ, ਆਪਦੇ ਬਾਰਗੀ ਇੱਟਾਂ ਲਵਾਉਣੀਆਂ ਨੇ, ਇੱਕ ਘਰ ਵਾਸਤੇ ਇਹ ਟਾਇਲ ਨਹੀਂ ਲੱਗ। ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀਮਤੀ ਅਪਨੀਤ ਰਿਆਤ ਵੱਲੋਂ ਮੌਕਾ ਦੇਖਣ ਲਈ ਭੇਜੇ ਗਏ BDPO ਮੇਜਰ ਸਿੰਘ ਤਾਲੀਵਾਲ ਨੇ ਦੱਸਿਆ ਕਿ ਮਨੋਹਰ ਲਾਲ ਵਗੈਰਾ ਜਾਣ ਬੁੱਝ ਕੇ ਪਰੇਸ਼ਾਨ ਕਰ ਰਹੇ ਨੇ। ਪੰਚਾਇਤ ਵੱਲੋਂ ਉਹਨਾਂ ਨੂੰ ਪੂਰਾ ਕੋਆਪਰੇਟ ਕੀਤਾ, ਅੱਗੇ ਹੋਰ ਜਗ੍ਹਾ 'ਤੇ ਰੈਂਪ ਬਣਾਉਣ ਲਈ ਵੀ ਕਿਹਾ ਗਿਆ ਹੈ, ਪਰ ਉਹ ਕਿਸੇ ਦੀ ਗੱਲ ਸੁਣਨ ਨੂੰ ਤਿਆਰ ਨਹੀਂ। ਅੱਛਾ ਜੀ, ਫਿਰ ਚਾਲੂ ਕਰਤਾ ਕੰਮ? ਨਹੀਂ, ਕੰਮ ਚਾਲੂ ਹੋਇਆ, ਉਹਨੂੰ ਕੰਮ ਚਾਲੂ। ਅੱਛਾ ਅੱਛਾ ਅੱਛਾ, ਚਲੋ ਐ ਲਾਂਗਾ ਸੀਗਾ ਸਾਨੂੰ, ਕੱਲ ਬੁਲਾਇਆ ਸੀਗਾ। ਅੱਛਾ, ਕੰਮ ਟੀਵੀ ਲਈ ਮਾਨਸਾ ਤੋਂ ਪੱਤਰਕਾਰ ਗੁਰਜੀਤ ਸਿੰਘ ਦੀ ਰਿਪੋਰਟ।